ਇਸ ਵੇਲੇ ਦੀ ਬੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੈਂਗਸਟਰ ਦੀਪਕ ਟਿੰਨੂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਗੈਂਗਸਟਰ ਦੀਪਕ ਟਿੰਨੂ 1 ਅਕਤੂਬਰ ਦੀ ਰਾਤ ਨੂੰ ਮਾਨਸਾ ਪੁਲਿਸ ਦੇ ਸੀਆਈਏ ਸਟਾਫ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ਤੋਂ ਫਰਾਰ ਹੋ ਗਿਆ ਸੀ ਦੀਪਕ ਟਿੰਨੂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਾਜਸਥਾਨ ਦੇ ਅਜਮੇਰ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਦੱਸ ਦਈਏ ਕਿ ਦੀਪਕ ਟਿੰਨੂ ਜਿਹੜਾ ਹੈ ਉਹ ਆਪਣੀ ਸਹੇਲੀ ਅਤੇ ਕੁਝ ਸਾਥੀਆਂ ਨਾਲ ਇੱਕ ਤਰੀਕ ਦੀ ਰਾਤ ਨੂੰ ਮਾਨਸਾ ਤੋਂ ਫਰਾਰ ਹੋ ਗਿਆ ਸੀਗਾ ਦੀਪਕ ਟੀਨੂ ਬਾਰੇ ਇਹ ਵੀ ਦੱਸਿਆ ਜਾ ਰਿਹਾ ਸੀਗਾ ਕਿ ਦੀਪਕ ਟੀਨੂ ਵਿਦੇਸ਼ ਭੱਜ ਗਿਆ ਪਰ ਅੱਜ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਨੇ ਦੀਪਕ ਟੀਨੂ ਨੂੰ ਜਿਹੜਾ ਹੈ ਉਹ ਰਾਜਸਥਾਨ ਦੇ ਅਜਮੇਰ ਸ਼ਹਿਰ ਚੋਂ ਗ੍ਰਿਫਤਾਰ ਕਰ ਲਿਆ ਦੀਪਕ ਟੀਨੂ ਉਹ ਸ਼ਖਸ ਹੈ ਜਿਹਦਾ ਨਾਮ ਮੁੱਖ ਤੌਰ ਤੇ ਸਿੱਧੂ ਮੂਸੇਵਾਲਾ ਮਰਡਰ ਕੇਸ ਵਿੱਚ ਸ਼ਾਮਲ ਹੈ 1850 ਪੰਨਿਆਂ ਦੀ ਜਿਹੜੀ ਚਾਰਸ਼ੀਤ ਮਾਨਸਾ ਪੁਲਿਸ ਨੇ ਦਾਖਲ ਕੀਤੀ ਹੈ ਉਹਦੇ ਵਿੱਚ ਇੱਕ ਨਾਮ ਦੀਪਕ ਟੀਨੂ ਦਾ ਵੀ ਹੈ ਦੀਪਕ ਟੀਨੂ ਜਿਹੜਾ ਹੈ ਇਹ ਲਾਰੈਂਸ ਬਿਸ਼ਨੋਈ ਦਾ ਖਾਸਮ ਖਾਸ ਦੱਸਿਆ ਜਾ ਰਿਹਾ ਹੁਣ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਿਸ ਵਕਤ ਦੀਪਕ ਟੀਨੂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਕੋਲੋਂ ਭਾਰੀ ਮਾਤਰਾ ਚ ਹਥਿਆਰ ਵੀ ਬਰਾਮਦ ਹੋਇਆ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਨੇ ਦੀਪਕ ਟੀਨੂ ਦੀਆਂ ਦੋ ਸਹੇਲੀਆਂ ਦੱਸੀਆਂ ਜਾ ਰਹੀਆਂ ਸਨ ਇੱਕ ਸਹੇਲੀ ਡੌਲੀ ਜਿਸ ਦਾ ਨਾਮ ਹੈ ਜਿਸ ਨੂੰ ਕਿ ਮੁੰਬਈ 에ਅਰਪੋਰਟ ਤੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਉਹ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ ਦੂਸਰੀ ਸਹੇਲੀ ਬਾਰੇ ਦੱਸਿਆ ਜਾ ਰਿਹਾ ਸੀਗਾ ਕਿ ਪੰਜਾਬ ਪੁਲਿਸ ਦੇ ਵਾਇਰਲੈਸ ਵਿੰਗ ਵਿੱਚ ਕੰਮ ਕਰਦੀ ਇੱਕ ਮਹਿਲਾ ਮਿੱਤਰ ਜਿਸ ਨੇ ਕਿ ਇਹ ਸਾਰੀ ਪਲੈਨਿੰਗ ਵਿੱਚ ਉਹਦਾ ਸਾਥ ਦਿੱਤਾ ਸੀ ਦੱਸ ਦਈਏ ਕਿ ਦੀਪਕ ਟਿੰਨੂ ਨੇ ਇਹ ਸਾਰੀ ਜਿਹੜੀ ਸਾਜ਼ਿਸ਼ ਹੈ ਇਹ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਬੈਠ ਕੇ ਬਣਾਈ ਸੀਗੀ ਦੀਪਕ ਟਿੰਨੂ ਨੇ ਇਹ ਸਾਰੀ ਵਿਉਂਤਬੰਦੀ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਹੀ ਕਰ ਲਈ ਸੀ ਕਿ ਕਿੱਦਾਂ ਫਰਾਰ ਹੋਣਾ ਦੀਪਕ ਟਿੰਨੂ ਦੋ ਵਾਰ ਪਹਿਲਾਂ ਵੀ ਫਰਾਰ ਹੋ ਚੁੱਕਿਆ ਪਰ ਉਸ ਨੂੰ ਫੜ ਲਿੱਤਾ ਗਿਆ ਸੀ ਦੀਪਕ ਟਿੰਨੂ ਪਹਿਲਾਂ ਫਰਾਰ ਹੋਇਆ ਤੇ ਇੱਕ ਵਾਰੀ ਉਹਨੂੰ ਬੰਗਲੌਰ ਤੋਂ ਕਾਬੂ ਕੀਤਾ ਗਿਆ ਸੀ ਤੇ ਦੂਜੀ ਵਾਰੀ ਬਿਵਾਨੀ ਤੋਂ ਕਾਬੂ ਕੀਤਾ ਗਿਆ ਸੀ ਦੀਪਕ ਟੀਨੂ ਦਾ ਪਛੋਕੜ ਜਿਹੜਾ ਹੈ ਉਹ ਬਿਵਾਨੀ ਜ਼ਿਲ੍ਹੇ ਨਾਲ ਹੀ ਸੰਬੰਧਿਤ ਹੈ ਪਰ ਦੀਪਕ ਟੀਨੂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਅਤੇ ਮਾਨ ਸਰਕਾਰ ਤੇ ਬਹੁਤ ਸਵਾਲ ਖੜੇ ਹੋਏ ਸੀ ਪਰ ਹੁਣ ਇਹਦੀ ਗ੍ਰਿਫਤਾਰੀ ਹੋ ਗਈ ਹੈ ਇਸ ਵਿੱਚ ਕਈ ਖੁਲਾਸੇ ਹੋਣਗੇ ਕਿ ਆਖਰ ਦੀਪਕ ਟੀਨੂ ਜਿਹੜਾ ਹੈ ਉਹ ਪੰਜਾਬ ਪੁਲਿਸ ਦੀ ਗ੍ਰਿਫਤ ਚੋਂ ਭੱਜਿਆ ਕਿੱਦਾਂ ਦੱਸਿਆ ਇਹ ਵੀ ਜਾ ਰਿਹਾ ਸੀਗਾ ਕਿ ਦੀਪਕ ਟੀਨੂ ਜਿਹੜਾ ਹੈ ਇਹ ਪ੍ਰਿਤਪਾਲ ਸਿੰਘ ਦੇ ਨਾਲ ਸੰਪਰਕ ਵਿੱਚ ਸੀ ਇਸ ਨੂੰ ਪ੍ਰਿਤਪਾਲ ਸਿੰਘ ਪਹਿਲਾਂ ਵੀ ਕਈ ਵਾਰੀ ਜੇਲ੍ਹ ਤੋਂ ਬਾਹਰ ਕੀ ਆਇਆ ਸੀ ਪ੍ਰਿਤਪਾਲ ਸਿੰਘ ਨੂੰ ਇਹ ਲਾਲਚ ਸੀਗਾ ਕਿ ਸ਼ਾਇਦ ਦੀਪਕ ਟਿੰਨੂ ਜਿਹੜਾ ਹੈ ਇਹ ਮੈਨੂੰ ਕੋਈ ਵੱਡੀ ਖੇਪ ਜਾਂ ਹਥਿਆਰਾਂ ਦੀ ਕੋਈ ਖੇਪ ਜਾਂ ਨਸ਼ੇ ਦੀ ਕੋਈ ਖੇਪ ਦੀ ਰਿਕਵਰੀ ਕਰਾਏਗਾ ਤਾਂ ਮੇਰੇ ਇੱਕ ਅਦਾ ਸਟਾਰ ਵੱਧ ਜਾਏਗਾ ਪਰ ਦੀਪਕ ਟਿੰਨੂ ਇਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਪਰ ਹੁਣ ਅੱਜ ਇਹਦੀ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੇ ਅਹਿਮ ਖੁਲਾਸੇ ਵੀ ਕੀਤੇ ਜਾਣਗੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਦੋਂ ਅੱਜ ਦੀਪਕ ਟਿੰਨੂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਦੇ ਕੋਲ ਭਾਰੀ ਮਾਤਰਾ ਚ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਪਰ ਖੈਰ ਹੁਣ ਦੀਪਕ ਟਿੰਨੂ ਗ੍ਰਿਫਤਾਰ ਹੋ ਗਿਆ ਹੈ ਤਾਂ ਦੇਖਦੇ ਹਾਂ ਹੁਣ ਅ ਕਿ ਪੰਜਾਬ ਪੁਲਿਸ ਇਸ ਨੂੰ ਦਿੱਲੀ ਤੋਂ ਕਦੋਂ ਲੈ ਕੇ ਆਉਂਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ